ਕਿਸਾਨ ਸਾਥੀਓ ਕਨਕ ਦੇ ਵਿੱਚ ਗੁੱਲੀ ਡੰਡੇ ਸਮੇਤ ਬਾਕੀ ਨਦੀਨਾਂ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ। ਇਹ ਸਮੱਸਿਆ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ ਕਿਉਂਕਿ ਜਿਹੜੇ ਸਾਡੇ ਨਦੀਨ ਮਰਨ ਵਾਲੇ ਰਹਿ ਜਾਂਦੇ ਆ ਉਹ ਜਿਹੜਾ ਜਦੋਂ ਅਸੀਂ ਕਣਕ ਵੜਦੇ ਆ ਬੀ ਖੇਤ 'ਚ ਹੀ ਝੜ ਜਾਂਦਾ ਹੈ। ਤੇ ਖੇਤ ਝੜਿਆ ਹੋਇਆ ਬੀ ਓਵੇਂ ਪਿਆ ਰਹਿੰਦਾ ਲਗਾਤਾਰ ਸੀਡ ਬੈਂਕ ਵਧਦਾ ਜਾਂਦਾ ਤੇ ਅਗਲੇ ਸਾਲਾਂ ਦੇ ਵਿੱਚ ਇਹ ਨੁਕਸਾਨ ਕਰਦਾ ਹੈ। ਇਸ ਵਿਸ਼ੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾਕਟਰ ਮੱਖਣ ਸਿੰਘ ਭੁੱਲਰ ਜੀ ਨੇ ਜਿਹੜਾ ਇਹ ਦੱਸਿਆ ਹੈ ਕਿ ਜਿਹੜਾ ਗੁੱਲੀ ਡੰਡਾ ਉਹ ਪ੍ਰਮੁੱਖ ਨਦੀਨ ਕਨਕ ਦਾ ਹੈਗਾ ਤੇ ਇਹਦੇ ਨਾਲ ਕਨਕ ਦਾ ਝਾੜ ਕਾਫੀ ਜ਼ਿਆਦਾ ਘਟ ਜਾਂਦਾ ਹੈ ਸਾਡੇ ਕਿਸਾਨ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਪਹਿਲੇ ਪਾਣੀ ਤੋਂ ਕੋਈ ਦਿਨ ਪਹਿਲਾਂ ਜਾਂ ਪੈੜ ਧਰਾ ਦਿੱਤੇ ਸਪਰੇਅ ਕਰਦੇ ਐ ਪਰੰਤੂ ਪਿਛਲੇ ਸਾਲਾਂ 'ਚ ਦੇਖਿਆ ਕਿ ਕਈਆਂ ਖੇਤਾਂ ਦੇ ਵਿੱਚ ਇਹ ਨਦੀਨ ਅੜੀਅਲ ਹੋ ਗਿਆ ਤੇ ਇਹਨਾਂ ਸਪਰੇਆਂ ਨਾਲ ਨਹੀਂ ਮਰਦਾ ਤਾਂ ਇਹੋ ਜਿਹੇ ਖੇਤਾਂ ਦੇ ਵਿੱਚ ਅਸੀਂ ਕੁਝ ਸਪਰੇਅ ਜਿਹੜੇ ਹੈਗੇ ਆ ਕਣਕ ਬਿਜਾਈ ਤੋਂ 48 ਘੰਟੇ ਦੇ ਵਿੱਚ ਜਾਂ ਕਿ ਦੋ ਦਿਨ ਦੇ ਵਿੱਚ ਵਿੱਚ ਕਰ ਸਕਦੇ ਹਾਂ ਤੇ ਸਾਨੂੰ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ ਤਾਂ ਇੱਥੇ ਲਿਸਟ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਤੁਹਾਡੀ ਸਕਰੀਨ ਤੇ ਆ ਜਾਏਗੀ ਉਸ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਦੋਸਤੋ ਡਾਕਟਰ ਮੱਖਣ ਸਿੰਘ ਪੁਲਰ ਜੀ ਨੇ ਜੋ ਕਿ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਜੋ ਪੀਐਚਓ ਦੀ ਰਿਕਮੈਂਡੇਸ਼ਨ ਉਹਨਾਂ ਦੇਖ ਲਈਏ ਕਿ ਆਮ ਖੇਤ ਜਿੱਥੇ ਗੁਲੀਂਡਾ ਬਹੁਤੀ ਜ਼ਿਆਦਾ ਸਮੱਸਿਆ ਨਹੀਂ ਹੈਗੀ ਅਸੀਂ 1.5 ਲੀਟਰ ਪੈਂਡੀਮੈਥਾਲੀਨ ਦਾ ਸਪਰੇਅ ਕਰਕੇ ਉਹਦੇ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ ਪਰੰਤੂ ਜਿੱਥੇ ਇਹ ਅੜੀਅਲ ਹੋ ਗਿਆ ਹੈ ਉੱਥੇ ਕੱਲੀ ਪੈਂਡੀਮੈਥਾਲੀਨ ਨਹੀਂ ਮਾਰਦੀ ਪੈਂਡੀਮੈਥਾਲੀਨ ਦੇ ਨਾਲ ਸਾਨੂੰ ਪਾਈਰੋਕਸਾ ਸਲਫਾਨ ਮਲਾਉਣਾ ਪੈਂਦਾ ਹੈ ਜਿਸ ਤਰ੍ਹਾਂ ਡਾਕਟਰ ਮੱਖਰ ਸਿੰਘ ਭੁੱਲ ਰਹੀ ਹਿੰ ਦੱਸਿਆ ਕਿ ਅਸੀਂ ਇਹ 1.5 ਲੀਟਰ ਪੈਂਡੀਮੈਥਾਲੀਨ 30 EC ਲੈਣੀ ਹੈ ਕੋਈ ਹੋਰ ਨਹੀਂ ਲੈਣੀ ਹੈ ਧਿਆਨ ਰੱਖਿਓ ਜੋ ਉਹਦੇ ਵਿੱਚ 85% ਪਾਈਰੋਕਸਾ ਸਲਫਾਨ 60 ਗ੍ਰਾਮ ਲੈਣਾ ਹੈ ਇਹ ਠੀਕ ਹੈ ਤਾਂ ਇਹ ਬਾਜ਼ਾਰ ਦੇ ਵਿੱਚ ਇਹਨਾਂ ਨੇ ਕਿਹਾ ਕਿ ਵਕੀਰਾ ਜਾਂ ਮਾਮੀ ਜੀ ਦੇ ਨਾਮ ਤੇ ਆਉਂਦਾ ਹੈ। ਹੋਰ ਕਈ ਕੰਪਨੀਆਂ ਆ ਤੁਸ ਸਾਲਟ ਨੋਟ ਕਰਦੇ ਜੋ ਪਾਇਰੋਕਸਾ ਸਲਫਾਨ ਕਈ ਸਾਰੀਆਂ ਕੰਪਨੀਆਂ ਬਣਾਉਂਦੀਆਂ ਹੋਣੀਆਂ ਜਿਹੜਾ ਸਸਤਾ ਮਿਲੇ ਉਹਦਾ ਲੈ ਲਿਓ। 60 ਗ੍ਰਾਮ ਇਹ ਤੇ 1.5 ਲੀਟਰ ਪੈਂਡੀਮੈਥਲਿਮ ਲਾ ਕੇ ਸਪਰੇਅ ਕਰ ਸਕਦੇ ਹਾਂ। ਦੂਜੀ ਦਵਾਈ ਜਿਹੜੀ ਹੈਗੀ ਜਾਂ ਤੀਜੀ ਦਵਾਈ ਕਹੀਏ ਤਾਂ ਉਹ ਇਹਨਾਂ ਨੇ ਕਿਹਾ ਕਿ ਪੈਂਡੀਮੈਥਲਿਮ ਪਲੱਸ ਮੈਟਰੀਬਿਊਜਨ ਜਿਹੜੀ ਆਲੂਆਂ ਵਾਲੀ ਹੁੰਦੀ ਹੈ ਜਿਹਨੂੰ ਆਪਾਂ ਸੰਕੌਰ ਕਹਿੰਦੇ ਆ ਇਹ ਰਲੀ ਹੁੰਦੀ ਹੈ ਇਸ ਦੇ ਵਿੱਚ। ਜਿਵੇਂ ਇਹਨਾਂ ਨੇ ਇੱਕ ਦਵਾਈ ਕੰਪਨੀ ਦਾ ਨਾਮ ਰਿਕਮੈਂਡ ਕੀਤਾ ਕਿ ਕੰਪਨੀ ਪਲੇਟਫਾਰਮ ਦੇ ਨਾਮ ਤੇ ਦੇ ਰਹੀ ਹੈ ਤੁਸੀਂ ਇਹ ਧਿਆਨ ਰੱਖਣਾ ਕਿ ਪੈਂਡੀਮੈਥਲਿਨ ਪਲਸ ਮੈਟਰੀਬਿਊਜਨ ਹੁਣ ਪੀਐਜੂ ਰਿਕਮੈਂਡ ਕਰ ਰਹੀ ਹੈ ਦੋ ਕੰਪਨੀਆਂ ਦੇ ਨਾਮ ਇੱਕ ਕੰਪਨੀ ਪਲੇਟਫਾਰਮ ਦੇ ਨਾਮ ਤੇ ਦੇ ਰਹੀ ਹੈ ਇੱਕ ਦਖਸ ਪਲਸ ਦੇ ਨਾਮ ਤੇ ਦੇ ਰਹੀ ਹੈ ਤੁਹਾਨੂੰ ਬਾਜ਼ਾਰ ਦੇ ਵਿੱਚ ਇਹ ਮਿਕਸਚਰ ਕਈ ਸਾਰੀਆਂ ਕੰਪਨੀਆਂ ਦਾ ਮਿਲੇਗਾ ਤੁਸੀਂ ਇਹ ਧਿਆਨ ਰੱਖਣਾ ਕਿ ਜੇ ਤਾਂ ਪੈਂਡੀਮੈਥਲਿਨ ਤੇ ਮੈਟਰੀਬਿਊਜਨ 385 ਐਸਸੀ ਹੈ ਫਿਰ ਤਾਂ 1 ਲੀਟਰ ਪਏਗਾ ਜੇ ਇਹੇ ਮਿਕਸਚਰ 48 EC ਦੇ ਵਿੱਚ ਆ ਰਿਹਾ ਤਾਂ ਫਿਰ 900 ml ਕਿੱਲੇ ਦਾ ਪੈਣਾ ਠੀਕ ਹੈ ਜਿਹੜੀ ਕੰਪਨੀ ਦਾ ਮਰਜੀ ਲਮੈਂ ਕੋਈ ਪ੍ਰਮੋਟ ਨਹੀਂ ਕਰ ਰਿਹਾ ਮੈਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਤੁਸੀਂ ਆ ਧਿਆਨ ਰੱਖਿਓ ਜੇਕਰ 385 EC ਵਾਲਾ ਤੁਹਾਡੇ ਕੋਲ ਹੈਗਾ ਪੈਨਡੀਮੈਥਲਿਨ ਪਲਸ ਮੈਟਰੀਬਿਊਜਨ ਤਾਂ ਤੁਸੀਂ 1 ਲੀਟਰ ਲੈਣਾ ਜੇ 48 EC ਵਾਲਾ ਹੈਗਾ ਤਾਂ 900 ml ਲੈਣਾ ਕਲੀਅਰ ਹੈ ਤਾਂ ਇਸ ਤੋਂ ਅੱਗੇ ਇਹ ਸਪਰੇਅ ਸਾਡੇ ਕੋਲ ਹੋ ਗਿਆ ਨੇ ਅਸੀਂ ਕਰਨੇ ਆ ਪਰੰਤੂ ਸਾਰੇ ਖੇਤਾਂ ਦੇ ਵਿੱਚ ਇਹ ਸਹੀ ਤਰੀਕੇ ਨਾਲ ਰਿਜ਼ਲਟ ਨਹੀਂ ਦਿੰਦੇ ਇਹ ਚੀਜ਼ ਇੱਕ ਵੱਡੀ ਗੱਲ ਹੋਰ ਹੈਗੀ ਹੈ ਦੇਖਣ ਚਾਇਆ ਕਿ ਇਹ ਦਵਾਈਆਂ ਸਾਫ਼ ਤੇ ਵਧੀਆ ਤਿਆਰ ਕੀਤੇ ਖੇਤਾਂ ਦੇ ਵਿੱਚ ਬਹੁਤ ਵਧੀਆ ਤਰੀਕਾ ਨਾਲ ਕੰਮ ਕਰਦੀਆਂ ਜਿਸ ਤਰ੍ਹਾਂ ਡਾਕਟਰ ਮੱਖਣ ਸਿੰਘ ਪੁਲਰਜੀ ਨੇ ਦੱਸਿਆ ਹੈ ਕਿ ਭਾਈ ਇਹ ਜੋ ਸਪਰੇਅ ਕਰਨਾ ਉਹ ਰੋ ਘੱਟੋ ਘੱਟ 200 ਲੀਟਰ ਪਾਣੀ ਪ੍ਰਤੀ ਕਿਲਾਵਰ ਤੋਂ ਘੱਟ ਜਾਂ ਟੱਕ ਵਾਲੀ ਨੋਜ਼ਲ ਵਰਤੋ ਜੇ ਤੁਹਾਡੇ ਕੋਲ ਲੱਕੀ ਸੀਡ ਡ੍ਰਿਲ ਹੈਗੀ ਹੈ ਜਿਹੜੇ ਖੇਤਾਂ 'ਚ ਨਦੀਨ ਦੀ ਯਾਰਾ ਸਮੱਸਿਆ ਹੈ ਤਾਂ ਲੱਕੀ ਸੀਡ ਡ੍ਰਿਲ ਨੂੰ ਤਰਜੀਹ ਦਿਓ ਲੱਕੀ ਸੀਡ ਡ੍ਰਿਲ ਨਾਲ 200 ਲੀਟਰ ਪਾਣੀ ਲਾਉਣ ਦੀ ਲੋੜ ਨਹੀਂ ਹੁੰਦੀ 85 ਤੋਂ 100 ਲੀਟਰ ਨਾਲ ਹੀ ਕੰਮ ਕਰ ਜਾਂਦਾ ਤੇ ਦਵਾਈ ਵਧੀਆ ਯਾਰਾ ਕੰਮ ਕਰਦੀ ਲੱਕੀ ਸੀਡ ਡ੍ਰਿਲ ਦੇ ਨਾਲ ਡਾਕਟਰ ਸਾਹਿਬ ਨੇ ਇਹ ਵੀ ਦੱਸਿਆ ਕਿ ਨਦੀਨ ਆਸ਼ ਦਾ ਸਪਰੇਅ ਕਰ ਸਮੇ ਖੇਤ ਦੇ ਵਿੱਚ ਹਲਾਬ ਚੰਗਾ ਹੋਣਾ ਚਾਹੀਦਾ ਹੈ। ਖੇਤ ਦੇ ਵਿੱਚ ਡਲੀਆਂ ਜਾਂ ਢੇਲੇ ਨਹੀਂ ਹੋਣੇ ਚਾਹੀਦੇ। ਟਿਲੀਆਂ ਤੋਂ ਰਹਿਤ ਹੋਣਾ ਚਾਹੀਦਾ। ਖੇਤ ਜਿਹੜਾ ਬਿਲਕੁਲ ਪੁਰਿਆ ਹੋਣਾ ਚਾਹੀਦਾ ਤਾਂ ਉਹਦੇ ਵਿੱਚ ਇਹ ਕੰਮ ਕਰਦਾ ਕਿਉਂਕਿ ਇਹ ਡਲੀ ਦੇ ਵਿੱਚ ਬੀ ਹੈਗਾ ਨਾ। ਉਹਦੇ ਤੇ ਦਵਾਈ ਨੇ ਕੰਮ ਨਹੀਂ ਕਰਨਾ। ਜਦੋਂ ਮੀਂਹ ਪਊਗਾ, ਪਾਣੀ ਲੱਗੂਗਾ, ਡਲੀ ਟੁੱਟ ਜਾਣੀ ਹੈ। ਟੁੱਟ ਕੇ ਜਿਹੜਾ ਨਦੀਨ ਦਾ ਬੀ ਬਾਹਰ ਆ ਜਾਣਾ ਤੇ ਉੱਗ ਪੈਣਾ ਤੇ ਫਿਰ ਇਹਨੇ ਕੰਮ ਨਹੀਂ ਕਰਨਾ। ਅੱਛਾ ਇੱਥੇ ਇੱਕ ਚੀਜ਼ ਹੋਰ ਧਿਆਨ ਰੱਖਿਓ ਜੋ ਕਿ ਜਿਹੜੇ ਕਿਸਾਨ ਵੀ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਵੈਸੇ ਤਾਂ ਦੇਖੋ ਹੈਪੀ ਸੀਡਰ ਵਾਲੇ ਖੇਤ ਜਿੱਥੇ ਨਦੀਨ ਘਟ ਹੁੰਦਾ ਕਿਉਂਕਿ ਉਥੇ ਮੋਟੀ ਤੈ ਹੁੰਦੀ ਹੈ ਪਰਾਲੀ ਦੀ ਪਰ ਜਿੱਥੇ ਪਰਾਲੀ ਘਟ ਹੈ ਉਥੇ ਤਾਂ ਗੰਧ ਉਗਣਾ ਯੁਗਣਾ ਹੈ ਤਾਂ ਉਸ ਜਗ੍ਹਾ ਤੇ ਤੁਸੀਂ ਜਿਹੜਾ ਹੈਗਾ ਇਹਨਾਂ ਚੋਂ ਕਿਸੇ ਇੱਕ ਦਵਾਈ ਨੂੰ ਯੂਰੀਆ ਦੇ ਵਿੱਚ ਰਲਾ ਕੇ ਛਿੱਟਾ ਦੇ ਸਕਦੇ ਹੋ ਹੈਪੀ ਸੀਡਰ ਦੇ ਨਾਲ ਬਜਾਈ ਕਰਨ ਤੋਂ ਪਹਿਲਾਂ ਉਹਦੇ ਅੱਗੇ ਠੀਕ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਇਸ ਤੋਂ ਇਲਾਵਾ ਜੋ ਅਗਲੀ ਗੱਲ ਹੈਗੀ ਹੈ ਜਿਹੜੇ ਖੇਤਾਂ 'ਚ ਨਦੀਨ ਜ਼ਿਆਦਾ ਹੁੰਦਾ ਤੁਹਾਡੇ ਖੇਤ 'ਚ ਪ੍ਰਾਲੀ ਪਈ ਹੈ ਤਾਂ ਸਰਫੇਸ ਸੀਡਰ ਦੇ ਨਾਲ ਜਿਉਂਨਾ ਆਪਾਂ ਸਰਫੇਸ ਸੀਡਿੰਗ ਜਾਂ ਮਲਚਿੰਗ ਤਕਨੀਕ ਕਹਿੰਦੇ ਆ ਉਹਦੇ ਨਾਲ ਜਾਂ ਹੈਪੀ ਸੀਡਰ ਦੇ ਨਾਲ ਬਿਜਾਈ ਕਰੋਗੇ ਪ੍ਰਾਲੀ ਹੋਣੀ ਚਾਹੀਦੀ ਹੈ ਖੇਤ 'ਚ ਤਾਂ ਫਿਰ ਜਿਹੜਾ ਹੈਗਾ ਨਦੀਨ ਦੀ ਸਮੱਸਿਆ ਸਾਡੀ ਘਟ ਜਾਂਦੀ ਹੈ ਤਾਂ ਉਮੀਦ ਕਰਦਾ ਹਾਂ ਕਿ ਜਿਹੜੇ ਖੇਤਾਂ 'ਚ ਨਦੀਨ ਦੀ ਯਾਰਾ ਸਮੱਸਿਆ ਹੈਗੀ ਹੈ ਇਹਨਾਂ ਦਵਾਈਆਂ 'ਚ ਪਹਿਲੀ ਪੈਂਡਾ ਮੈਥਿਲਿਨ ਪੈਂਡਿਮੈਥਿਲਿਨ ਕੱਲੀ 1.5 ਲੀਟਰ ਜਿੱਥੇ ਪੈਂਡਿਮੈਥਿਲਿਨ ਕੰਮ ਨਹੀਂ ਕਰਦੀ ਪੈਂਡਿਮੈਥਿਲਿਨ 1.5 ਲੀਟਰ ਤੇ ਪਾਇਰੋਕਸਾ ਸਲਫਾਨ 60 ਗ੍ਰਾਮ ਜਾਂ ਫਿਰ ਜਿਹੜਾ ਬਾਜ਼ਾਰ 'ਚ ਪੈਂਦੀ ਮੈਥਨੀ ਤੇ ਮੈਟਰੀਬੂਜਨ ਦਾ ਮਿਕਸਚਰ ਆਉਂਦਾ ਹੈ ਜੇ 385 ਐਸਸੀ ਵਾਲਾ ਹੈਗਾ ਤਾਂ 1 ਲੀਟਰ ਜੇ 48 ਐਸਸੀ ਵਾਲਾ ਹੈਗਾ ਤਾਂ 900 ਐਮਐਲ 200 ਲੀਟਰ ਪਾਣੀ ਵਰਤਣਾ ਹੈਗਾ ਬਜਾਈ ਤੋਂ 2 ਦਿਨ ਦੇ ਵਿੱਚ ਇਹ ਸਪਰੇਅ ਕਰਨਾ ਹੈਗਾ ਤੇ ਕਟ ਵਾਲੀ ਜਾਂ ਟੱਕ ਵਾਲੀ ਨੋਜਾ ਨਾਲ ਸਪਰੇਅ ਕਰਨਾ ਤਾਂ ਇਹ ਤੁਹਾਡੇ ਖੇਤ ਕੰਮ ਕਰੇਗਾ ਸਪਰੇਅ ਕਰਨ ਲੱਗਿਆਂ ਖੇਤ ਦੇ ਵਿੱਚ ਸਲਾਕ ਹੋਣੀ ਚਾਹੀਦੀ ਹੈ ਖੇਤ ਦੇ ਵਿੱਚ ਗਿੱਲ ਹੋਣੀ ਚਾਹੀਦੀ ਹੈ ਤੇ ਨਾਲ ਹੀ ਖੇਤ ਜਿਹੜਾ ਹੈਗਾ ਡਲੀਆਂ ਤੋਂ ਜਿਹੜੀਆਂ ਰੂੜੀਆਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਸਾਫ਼ ਖੇਤ ਦੇ ਵਿੱਚ ਦਵਾਈ ਜ਼ਿਆਦਾ ਕੰਮ ਕਰਦੀ ਹੈ